ਸਰੀਰ ਹੈ ਜਿਹੜਾ ਸਰੀਰ ਪਾਪਾਂ ਵੱਲੋਂ ਹਟ ਕੇ ਸਰੀਰ ਸਰੀਰ ਦੇ ਅੰਦਰ ਪਵਿੱਤਰਤਾ ਆਉਂਦੀ ਹੈ, ਮਨ ਦੀ ਪਵਿੱਤਰਤਾ ਆਉਂਦੀ ਹੈ, ਦੋਵੇਂ ਇੱਕ ਦੂਜੇ ਦੇ ਸਹਾਇਕ ਹਨ, ਪੂਰਕ ਹਨ। ਸੇਵਾ ਕੀਤੇ ਆ, ਮਨ ਦੇ ਅੰਦਰ ਪਵਿੱਤਰਤਾ ਆਉਂਦੀ ਹੈ, ਪਵਿੱਤਰ ਮਨ ਨਾਲ ਬਾਣੀ ਪੜਿਆ, ਸਰੀਰ ਪਵਿੱਤਰ ਹੁੰਦਾ ਹੈ। ਸੋ ਭਗਤ ਜੀ ਇਹ ਦਇਆ ਕਰ ਰਹੇ ਨੇ, ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਜਪਣ ਦੀ ਮਹਿਮਾ ਦਰਸਾ ਰਹੇ ਨੇ, ਜਿਸ ਨੂੰ ਸਾਡੀ ਕੌਮ ਨੇ ਬੁਰੀ ਤਰ੍ਹਾਂ ਭੁਲਾਇਆ। ਜਿਹੜੀ ਚੀਜ਼ ਦਾ ਸਭ ਤੋਂ ਵੱਧ ਜ਼ੋਰ ਗੁਰੂ ਗ੍ਰੰਥ ਸਾਹਿਬ ਜੀ ਨੇ ਦਿੱਤਾ, ਉਹ ਅਸੀਂ ਸਾਰਿਆਂ ਨੇ ਬੁਰੀ ਤਰ੍ਹਾਂ ਭੁਲਾਈ ਹੋਈ। ਕਿਤੇ ਕਿਤੇ ਗੁਰਦੁਆਰਿਆਂ ਵਿੱਚ ਦੇਖਦੇ ਹਾਂ, ਸਿਮਰਨ ਵਾਲੇ ਪਾਸੇ, ਜਪਣ ਵਾਲੇ ਪਾਸੇ ਸੰਗਤ ਤੁਰਦੀ ਹੈ, ਪਰ ਦਿਖਾਵਾ ਬਹੁਤ ਹੈ। ਅੰਮ੍ਰਿਤ ਵੇਲੇ ਉੱਠ ਕੇ ਕੋਈ ਟਾਵਾਂ ਟਾਵਾਂ ਬਿਰਲਾ ਬਿਰਲਾ ਕਿਸੇ ਕਿਸੇ ਸਥਾਨ 'ਤੇ ਹੁੰਦੇ, ਜਿਹੜੇ ਸ਼ੌਕ ਵਾਲੇ ਨੇ ਉਹ ਲੱਗਦੇ ਨੇ, ਔਰ ਉਹਨਾਂ 'ਤੇ ਬਰਕਤਾਂ ਵੀ ਬਹੁਤੀਆਂ ਹੁੰਦੀਆਂ। ਸੋ ਸਤਿਗੁਰੂ ਜੀ ਦਇਆ ਕਰਦੇ ਹਨ, ਹਰ ਕਾ ਭਗਤ ਕਬੀਰ ਸਾਹਿਬ ਜੀ, ਹਰ ਕਾ ਨਾਮ ਨਾ ਜਪਸ ਗਵਾਰਾ। ਗਵਾਰ ਕਹਿੰਦੇ ਨੇ, ਗਾਵ ਕਹਿੰਦੇ ਨੇ ਪਿੰਡ ਨੂੰ, ਗਵਾਰਾ ਹੁੰਦਾ ਜਿਹੜਾ ਪਿੰਡ ਦੇ ਵਿੱਚ ਰਹਿਣ ਵਾਲਾ ਹੋਵੇ, ਭਾਵ ਕੀ ਹੈ ਵੀ ਛੋਟੀ ਮੱਤ ਵਾਲਾ। ਹੇ ਛੋਟੀ ਮੱਤ ਵਾਲੇ ਜੀਵ, ਵਾਹਿਗੁਰੂ ਦਾ ਨਾਮ ਕਿਉਂ ਨਹੀਂ ਜਪਦਾ, ਕਿਉਂ ਨਹੀਂ ਜਪਦਾ ਨਾਮ? ਤੇਰੀ ਇੰਨੀ ਛੋਟੀ ਮੱਤ ਹੈ, ਤੂੰ ਵੱਡੀ ਮੱਤ ਵਾਲਾ ਗੁਰੂ ਹੈ, ਉਹਦੀ ਗੱਲ ਸੁਣਦਾ ਕਿਉਂ ਨਹੀਂ, ਨਾਮ ਕਿਉਂ ਨਹੀਂ ਜਪਦਾ ਤੂੰ? ਹੇ ਗਵਾਰ, ਹੇ ਛੋਟੀ ਮੱਤ ਵਾਲੇ, ਕਿਆ ਸੋਚਿਆ ਹੈ ਵਾਰ ਵਾਰਾ? ਸੋ ਇੱਥੇ ਮਨੋਵਿਗਿਆਨਕ ਬਿਮਾਰੀ ਦੱਸੀ ਹੈ ਭਗਤ ਕਬੀਰ ਸਾਹਿਬ ਜੀ ਨੇ। ਮਨੋਵਿਗਿਆਨ ਤਾਂ 200 ਸਾਲ ਪੁਰਾਣਾ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਨੋਵਿਗਿਆਨ ਪਹਿਲਾਂ ਹੀ ਮਨ ਦੀਆਂ ਬਿਮਾਰੀਆਂ ਸਤਿਗੁਰੂ ਜੀ ਨੇ ਦਰਸਾਈਆਂ ਹੋਈਆਂ। ਕਹਿੰਦੇ ਜਿਹੜੀ ਸੋਚ ਹੈ ਨਾ, ਸੋਚਣ ਵਾਲਾ ਇਨਸਾਨ ਨਾਮ ਨਹੀਂ ਜਪ ਸਕਦਾ। ਜੇ ਸੋਚਣ ਲੱਗ ਜਾਈਏ ਵੀ 2 ਘੰਟੇ ਲੱਗਦੇ ਨੇ ਜੀ, ਰੋਜ਼ ਇਹੀ ਕੰਮ ਕਿਹੜਾ ਕਰੇ? ਇਹ ਤਾਂ ਬੁੱਢਿਆਂ ਦਾ ਕੰਮ ਆ, ਕੋਈ ਬੁੱਢੇ ਬਾਰੇ ਜਾ ਕੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰੇ। ਬੁੱਢੇ ਬਾਰੇ ਜਾ ਕੇ ਜਿਹੜਾ ਇਨਸਾਨ ਸੋਚਦਾ ਵੀ ਅੱਜ ਦਾ ਕੰਮ ਕੱਲ੍ਹ 'ਤੇ ਸਿੱਟਦਾ, ਅਤੇ ਭਗਤ ਕਬੀਰ ਜੀ ਕਹਿੰਦੇ ਨੇ, ਆਜ ਕਾਲ ਕ੍ਰਾਂਤਾ ਅਵੈ ਕਰ ਅਵ ਕਰਤਾ ਸੋਏ ਤਾਰ, ਪਾਤਸ਼ਾਹ ਕਸ਼ੂ ਨਾ ਹੋ ਗਈ ਜਬ ਆਏ ਪਰੇ ਜਮ ਕਾਲ। ਜਿਹੜਾ ਕੰਮ ਕੱਲ੍ਹ ਨੂੰ ਕਰਨਾ ਉਹ ਅੱਜੇ ਕਰਨਾ, ਜਿਹੜਾ ਅੱਜ ਕਰਨਾ ਹੁਣੇ ਕਰ ਲੈ। ਜੇ ਤੂੰ ਕੱਲ੍ਹ ਦੇ ਉੱਤੇ ਕੰਮ ਛੱਡਦਾ, ਕੱਲ੍ਹ ਨਾਮ ਕਾਲ ਦਾ ਹੈ, ਮੌਤ ਆਪੇ ਫਿਰ ਕੀ ਕਰੇਗਾ? ਕੱਲ੍ਹ ਦੇ ਉੱਤੇ ਨਾ ਸੱਟ ਨਾ ਸਿੱਟ, ਸੋਚਾਂ ਦੇ ਵਿੱਚ ਨਾ ਪਾਇਆ। ਜਿਹੜਾ ਸੋਚ ਦੇ ਵਿੱਚ ਪੈ ਗਿਆ, ਮਨ ਦਾ ਬਾਹਰਲੀ ਫਿਰਨੀ ਹੈ ਨਾ, ਜਿਹੜੀ ਆਪਾਂ ਪਿੰਡਾਂ ਦੇ ਬਾਹਰ ਫਿਰਨੀ ਹੁੰਦੀ ਹੈ, ਫਿਰਨੀ ਦੇ ਉੱਤੇ ਬਾਹਰ ਪਿੰਡ ਦੇ ਆਲੇ ਦੁਆਲੇ ਫਿਰਦੇ ਹਾਂ। ਜਿਹੜੀ ਸੋਚ ਹੈ ਇਹ ਮਨ ਦੇ ਅੰਦਰ ਨੂੰ ਨਹੀਂ ਜਾਂਦੀ, ਇਹ ਮਨ ਦੇ ਬਾਹਰ ਬਾਹਰ ਫਿਰਦੀ ਹੈ। ਬਾਹਰਲੀਆਂ ਚੀਜ਼ਾਂ ਦਿਖਾਓ, ਬਾਹਰਲਾ ਹੀ ਰੂਪ ਦਿਖਾਓ, ਬਾਹਰਲਾ ਹੀ ਫਾਇਦਾ ਨੁਕਸਾਨ ਦਿਖਾਓ, ਅੰਦਰ ਨਹੀਂ ਇਹਨੇ ਜਾਣਾ, ਜਿਹੜਾ ਸੋਚ ਦੇ ਵਿੱਚ ਪੈ ਗਿਆ। ਇਸ ਕਰਕੇ ਕਹਿੰਦੇ ਨੇ, ਕਿਆ ਸੋਚਿਆ ਵਾਰੰਬਾਰਾ, ਵਾਰ ਵਾਰ ਘੜੀ ਮੁੜੀ ਇੱਕੋ ਗੱਲ ਨੂੰ ਸੋਚਣ ਲੱਗਿਆ, ਇਹਦੇ ਨਾਲ ਤੈਨੂੰ ਕੋਈ ਫਾਇਦਾ ਨਹੀਂ ਹੋਣਾ। ਜਿਹੜਾ ਤੈਨੂੰ ਤੱਤ ਦਰਸਾਇਆ ਹੈ, ਹਰ ਕਾ ਨਾਮ ਨਾ ਜਪ ਸਵਾਰ ਕਮਲਿਆ ਮਨਾ, ਨਾਮ ਜਪਣਾ ਸ਼ੁਰੂ ਕਰ ਦੇ, ਰਸਨਾ ਨਾਲ ਜਪਣਾ ਸ਼ੁਰੂ ਕਰ ਦੇ। ਸੋ ਇਸੇ ਉਪਦੇਸ਼ ਨੂੰ ਗਾਹਾਂ ਅੱਗੇ ਭਗਤ ਕਬੀਰ ਸਾਹਿਬ ਜੀ ਖੋਲਦੇ ਹਨ, ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸ ਹੋਈ। ਪੜ੍ਹਾਈ ਕਰਨ ਵਿੱਦਿਆ ਪੜ੍ਹਨੀ ਮਾੜੀ ਨਹੀਂ ਕਿਹਾ, ਜਿੰਨੀ ਮਰਜ਼ੀ ਵਿੱਦਿਆ ਪੜ੍ਹ, ਵਿੱਦਿਆ ਨੂੰ ਸਤਿਗੁਰਾਂ ਨੇ ਸਿੱਖਾਂ ਦੇ ਖਿਲਾਉਣੇ ਦੱਸਿਆ, ਇੰਨੇ ਵਿੱਦਿਅਕ ਵਿੱਦਿਆ ਵਿਦਵਾਨ ਸਿੱਖ ਹੋਣਗੇ ਕਿ ਇਹ ਵਿੱਦਿਆ ਨੂੰ ਖਿਡਾਉਣਿਆਂ ਦੀ ਤਰ੍ਹਾਂ ਸਮਝਣਗੇ, ਇੰਨੇ ਵਿਦਵਾਨ ਹੋ ਜਾਣਗੇ, ਇੰਨੇ ਪੜ੍ਹ ਲਿਖ ਜਾਣਗੇ। ਪਰ ਕਹਿੰਦੇ ਨੇ, ਕਿਆ ਪੜ੍ਹੀ ਹੈ ਕਿਆ ਗੁਣੀ ਹੈ, ਪੜ੍ਹੇ ਆ ਔਰ ਪੜ੍ਹ ਕੇ ਜੇ ਤੂੰ ਗੁਣ ਕਹਿ ਗਈ ਗੁਣਵਾਨ ਬਣ ਗਿਆ, ਮੇਰੇ ਕੋਲ ਇੰਨੀ ਵਿੱਦਿਆ ਆ ਗਈ, ਇੰਨੀਆਂ ਡਿਗਰੀਆਂ ਆ ਗਈਆਂ, ਇਹਦਾ ਕੀ ਫਾਇਦਾ ਹੋਇਆ? ਬੇਦਦ ਪੁਰਾਣਾਂ ਨੂੰ ਸੁਣ ਲਿਆ, ਕਥਾ ਕਹਾਣੀਆਂ ਨੂੰ ਸੁਣ ਲਿਆ, ਵਿਚਾਰਾਂ ਨੂੰ ਸੁਣ ਲਿਆ, ਇਹਦਾ ਕੀ ਫਾਇਦਾ ਹੋਇਆ? ਪੜ੍ਹੇ ਸੁਣੇ ਕਿਆ ਹੋਈ, ਇਹਨਾਂ ਨੂੰ ਪੜ੍ਹਨ ਨਾਲ ਸੁਣਨ ਨਾਲ ਕੀ ਹੋ ਜਾਵੇਗਾ? ਤੇ ਤੱਤ ਦਰਸਾਉਂਦੇ ਨੇ ਵੀ ਕੀ ਹੋਣਾ ਚਾਹੀਦਾ, ਪੜ੍ਹ ਸੁਣ ਕੇ ਜੋ ਸਹਿਜ ਨਾ ਮਿਲੇ ਉਸ ਹੋਈ। ਜੇ ਤੂੰ ਜਿਉਣਾ ਹੈ, ਪੜ੍ਹ ਕੇ ਹਜ਼ਮ ਕਰਦਾ ਹੈ, ਜੇ ਤੂੰ ਸੁਣ ਕੇ ਆਪਣੇ ਮਨ ਦੇ ਵਿੱਚ ਧਾਰਨ ਕਰਦਾ, ਤੈਨੂੰ ਸਹਿਜ ਪ੍ਰਾਪਤ ਹੁੰਦਾ। ਸਹਿਜ ਕੀ ਹੈ? ਜਿੱਥੇ ਜੀਵਨ ਦਾ ਲਾਲਚ ਨਾ ਹੋਵੇ, ਮੌਤ ਦਾ ਭੈ ਨਾ ਹੋਵੇ। ਜੇ ਇਹ 2 ਗੱਲਾਂ ਤੇਰੇ ਮਨ ਦੇ ਵਿੱਚ ਆਉਂਦੀਆਂ, ਤੈਨੂੰ ਮੌਤ ਦਾ ਡਰ ਨਹੀਂ ਹੈ, ਜੀਵਨ ਦਾ ਲਾਲਚ ਨਹੀਂ ਹੈ, ਇਹਨਾਂ ਪੁੜਾਂ ਵਿਚਾਲੇ ਤੂੰ ਨਾ ਆਵੇਂ, ਫਿਰ ਤੇਰੇ ਪੜ੍ਹੇ ਲਿਖੇ ਦਾ ਫਾਇਦਾ ਹੈ। ਪੜ੍ਹਿਆ ਹੋਇਆ ਸੁਣਿਆ ਹੋਇਆ ਤਾਂ ਫਾਇਦੇਮੰਦ ਹੈ ਤੇਰੇ ਲਈ, ਜੇ ਲਾਲਚ ਮੁੱਕ ਜਾਵੇ ਤੇਰੇ ਅੰਦਰ ਜੀਵਨ ਦਾ, ਮੌਤ ਦਾ ਭੈ ਮੁੱਕ ਜਾਂਦੇ। ਜੇ ਨਹੀਂ ਸੁਣਦਾ, ਸਾਰੀ ਉਮਰ ਸੁਣੀ ਜਾ, ਸਾਰੀ ਉਮਰ ਸੁਣੀ ਜਾ, ਲੰਘ ਜਾਵੇ ਫਿਰ ਜਨਮ ਆ ਜਾਏਗਾ, ਫਿਰ ਇਹ ਕੰਮ ਕਰੀ, ਜਿੰਨਾ ਚਿਰ ਜਮੀ ਜਾਏਗਾ ਮਰੀ ਜਾਏਗਾ, ਇਹ ਜਿਹੜਾ ਹੈ ਚੱਕਰ ਚੱਲਦਾ ਰਹੇਗਾ। ਸੋ ਜਿੰਨਾ ਚਿਰ ਸਹਿਜ ਦੀ ਪ੍ਰਾਪਤੀ ਨਹੀਂ, ਜਿੰਨਾ ਚਿਰ ਜਿਉਂਦਾ ਨਹੀਂ ਹੈ, ਲਾਲਚ ਨੂੰ ਨਹੀਂ ਦੂਰ ਕਰਦਾ, ਜਿੰਨਾ ਚਿਰ ਮੌਤ ਦਾ ਭੈ ਨਹੀਂ ਦੂਰ ਹੁੰਦਾ, ਇਹ ਕਿਰਿਆ ਚੱਲਦੀ ਰਹੇ। ਇਸ ਕਰਕੇ ਇਸ ਕਿਰਿਆ ਨੂੰ ਦੂਰ ਕਰਨਾ ਜਪ ਨੇ, ਕਿਉਂਕਿ ਜਪ ਜਿਹਦੇ ਹਿਰਦੇ ਦੇ ਵਿੱਚੋਂ ਨਿਕਲਿਆ ਹੈ, ਉਹਦੇ ਅੰਦਰ ਜੀਵਨ ਦਾ ਲਾਲਚ ਨਹੀਂ ਸੀ, ਮੌਤ ਦਾ ਡਰ ਨਹੀਂ ਸੀ। ਜਪ ਗੁਰੂ ਨਾਨਕ ਸਾਹਿਬ ਦਾ ਹੈ,
ਜਪ ਸਾਰੀ ਬਾਣੀ ਸੋ ਅੱਗੇ ਦਇਆ ਕਰਦੇ ਨੇ ਅੰਧਿਆਰੇ ਦੀ ਜਿਹੀ ਹੈ। ਇੰਨੀ ਗੱਲ ਹੈ ਪੁੱਛਦਾ ਹੈ ਵੀ ਮਹਾਰਾਜ ਜਪ ਕਦ ਕਰਨਾ ਭਗਤ ਸਾਹਿਬ ਜੀ, ਇਹ ਕਿਰਪਾ ਕਰੋ ਵੀ ਜਪਣ ਦੀ ਲੋੜ ਕਿਉਂ ਹੈ। ਅਤੇ ਭਗਤ ਕਬੀਰ ਜੀ ਬੜੀ ਸੋਹਣੀ ਉਦਾਹਰਨ ਦਿੰਦੇ ਨੇ, ਕਹਿੰਦੇ ਜਦੋਂ ਹਨੇਰਾ ਹੁੰਦਾ ਨਾ ਸੂਰਜ ਛਿਪ ਜਾਵੇ ਫਿਰ ਦੀਪਕ ਦੀ ਲੋੜ ਪੈਂਦੀ ਹੈ ਨਾ, ਨਹੀਂ ਤਾਂ ਹਨੇਰੇ 'ਚ ਠੇਡੇ ਪੈਂਦੇ ਨੇ। ਅਤੇ ਇਵੇਂ ਹੀ ਜਿਹੜਾ ਮਨ ਹੈ, ਜਿਹੜੇ ਮਨ ਦੇ ਅੰਦਰ ਦੀਪਕ ਨਹੀਂ ਜਲਿਆ ਹੋਇਆ ਉਹ ਠੋਕਰਾਂ ਖਾਂਦਾ, ਉਹ ਧੱਕੇ ਖਾਂਦਾ। ਅਤੇ ਇਹ ਵੀ ਭਗਤ ਕਬੀਰ ਸਾਹਿਬ ਜੀ ਦਾ ਵਚਨ ਹੈ, ਮਨ ਸਮਝਾਵਣ ਕਾਰਨ ਕਛੂਕ ਪੜ੍ਹੀਆ ਗਿਆਨ। ਜਿਹਨੇ ਧਰਤੀ ਦੇ ਉੱਤੇ ਜਨਮ ਲਿਆ, ਜਿਸਨੇ ਆਪਣੇ ਮਨ ਨੂੰ ਸਮਝਾਉਣ ਖਾਤਰ ਥੋੜ੍ਹਾ ਬਹੁਤਾ ਗਿਆਨ ਜ਼ਰੂਰੀ ਹੈ, ਥੋੜ੍ਹਾ ਬਹੁਤਾ ਮਨ ਦੇ ਅੰਦਰ ਚਾਨਣਾ ਜ਼ਰੂਰੀ ਹੈ। ਜਿਹਨੇ ਆਪਣੇ ਮਨ ਦੇ ਅੰਦਰ ਚਾਨਣਾ ਕੀਤਾ ਹੀ ਨਹੀਂ ਉਹਨੂੰ ਸਹਾਰਾ ਕੌਣ ਦੇਵੇਗਾ? ਉਹ ਸੱਚ ਨੂੰ ਕਿਵੇਂ ਫਰੋਲ ਕੇ ਦੇਖੇਗਾ? ਉਹ ਝੂਠਿਆਂ ਦੇ ਵਿੱਚ ਰਹਿ ਰਿਹਾ, ਝੂਠ ਦੇ ਵਿੱਚ ਰਹਿ ਰਿਹਾ। ਝੂਠ ਦੇ ਵਿੱਚ ਤਾਂ ਝੂਠ ਦਾ ਹਨੇਰਾ ਹੁੰਦਾ ਹੈ, ਹਨੇਰੇ ਦੇ ਵਿੱਚ ਕੋਈ ਸੁੱਖ ਨਹੀਂ ਪਾ ਸਕਦਾ। ਸੋ ਚਾਹੇ ਰਾਜਾ ਹੋਵੇ ਚਾਹੇ ਰੰਗ ਹੋਵੇ, ਅੰਧਕਾਰ ਸੁਖ ਕਬੂਨ ਸੋਈ ਹੈ, ਰਾਜਾ ਰੰਗ ਦੋ ਮਿਲ ਲੋ। ਅੰਧੇਰੇ ਦੇ ਵਿੱਚ ਕੋਈ ਸੁੱਖ ਨਹੀਂ ਪਾ ਸਕਦਾ, ਭਾਵੇਂ ਰਾਜਾ ਹੈ ਭਾਵੇਂ ਰੰਗ ਹੈ, ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ ਹੈ, ਦੋਵਾਂ ਨੂੰ ਧੱਕੇ ਪੈਣਗੇ। ਸੋ ਇਸ ਕਰਕੇ ਕਹਿੰਦੇ ਨੇ ਅੰਧਿਆਰੇ ਦੀਪਕ ਚਾਹੀਏ, ਮਨ ਦੇ ਅੰਧੇਰੇ ਨੂੰ ਸੰਸਾਰ ਦੇ ਅੰਧੇਰੇ ਨੂੰ ਦੂਰ ਕਰਨ ਲਈ ਦੀਪਕ ਚਾਹੀਦਾ, ਚਾਨਣ ਚਾਹੀਦਾ, ਮਨ ਦੇ ਅੰਧੇਰੇ ਨੂੰ ਦੂਰ ਕਰਨ ਦੇ ਲਈ ਗਿਆਨ ਚਾਹੀਦਾ, ਉਪਦੇਸ਼ ਚਾਹੀਦਾ ਸਤਿਪੁਰਖਾਂ ਦਾ। ਇੱਕ ਵਸਤ ਅਗੋਚਰ ਲਈ ਹੈ, ਵਸਤ ਅਗੋਚਰ ਗੋ ਕਹਿੰਦੇ ਨੇ ਇੰਦਰੀਆਂ ਨੂੰ, ਚਰ ਕਹਿੰਦੇ ਨੇ ਪਹੁੰਚ ਨੂੰ। ਉਹ ਵਸਤ ਅਗੋਚਰ ਵਸਤੂ ਕਿਹੜੀ ਹੈ? ਨਾਮ ਦੀ। ਜਿਸ ਤੱਕ ਨਾ ਪੈਸੇ ਨਾਲ ਅਸੀਂ ਨਾਮ ਨੂੰ ਖਰੀਦ ਸਕਦੇ ਹਾਂ, ਨਾ ਅਸੀਂ ਧੱਕੇ ਨਾਲ ਜ਼ੋਰ ਨਾਲ ਖਰੀਦ ਸਕਦੇ ਹਾਂ, ਨਾ ਬਲ ਨਾਲ ਖਰੀਦ ਸਕਦੇ ਹਾਂ, ਕਿਸੇ ਤਰੀਕੇ ਨਾਲ ਨਾਮ ਅਸੀਂ ਪ੍ਰਾਪਤ ਨਹੀਂ ਕਰ ਸਕਦੇ ਆਪਣੇ ਜ਼ੋਰ ਨਾਲ। ਸੋ ਸਤਿਭਗਤ ਜੀ ਕਹਿੰਦੇ ਨੇ ਇੱਕ ਵਸਤ ਅਗੋਚਰ ਲਈ ਹੈ, ਉਹ ਵਸਤ ਪ੍ਰਾਪਤ ਹੋ ਜਾਵੇ ਫਿਰ ਕੀ ਹੁੰਦਾ? ਵਸਤ ਅਗੋਚਰ ਪਾਈ ਘੱਟ ਦੀਪਕ ਰਹਿ ਸਮਾਈ। ਅਗੋਚਰ ਵਸਤੂ ਹੈ ਜਿਹੜੀ, ਜਿਹਨੂੰ ਉਹ ਪ੍ਰਾਪਤ ਹੋ ਜਾਵੇ ਨਾਮ ਦੀ, ਇਸ ਸਰੀਰ ਦੇ ਅੰਦਰ ਦੀਵਾ ਜਲ ਪੈਂਦਾ, ਜਿਹਦੇ ਵਿੱਚ ਦੁੱਖਾਂ ਦਾ ਤੇਲ ਪੈਂਦਾ ਹੈ, ਦੁੱਖਾਂ ਦਾ ਤੇਲ ਪੈਂਦਾ ਹੈ। ਅਤੇ ਦੁੱਖਾਂ ਦਾ ਜਦੋਂ ਦੀਵਾ ਜਲਦਾ, ਦੁੱਖ ਨਾਲ ਹੀ ਸੜਨ ਲੱਗ ਜਾਂਦੇ, ਐਸਾ ਦੀਪਕ ਜਲਦਾ ਹੈ। ਕਹਿ ਕਬੀਰ ਆਪ ਜਾਂਦੇ ਹਾਂ ਜਬ ਜਾਂਦੇ ਹਾਂ ਤਾਂ ਉਹ ਬਨਵਾ। ਭਗਤ ਜੀ ਦਇਆ ਕਰਦੇ ਨੇ, ਇਹ ਕਬੀਰ ਜੀ ਕਿ ਦਇਆ ਕਰਦੇ ਨੇ ਕਿ ਮੈਂ ਜਾਣ ਲਿਆ ਦੀਵਾ ਕਿਵੇਂ ਜਗਦਾ, ਸਮਝ ਆ ਗਈ ਹੈ। ਜਬ ਜਾਂਦੇ ਹਾਂ ਤਾਂ ਮਨ ਮੰਨਿਆ, ਜਿਹੜਾ ਮਨ ਸੋਚਾਂ ਦੇ ਵਿੱਚ ਪਿਆ ਹੋਇਆ ਸੀ, ਜਿਹੜਾ ਮਨ ਹੰਕਾਰੀ ਸੀ, ਜਿਹੜਾ ਮਨ ਵਿਕਾਰਾਂ ਵੱਲ ਨੂੰ ਮੁੜ ਮੁੜ ਕੇ ਰੜਦਾ ਸੀ, ਹੁਣ ਮਨ ਹੀ ਖਤਮ ਹੋ ਗਿਆ। ਮਨ ਹੀ ਖਤਮ ਹੋ ਗਿਆ ਜਦ ਵਾਹਿਗੁਰੂ ਨੂੰ ਜਾਣ ਲਿਆ, ਹੰਕਾਰ ਮੁੱਕ ਗਿਆ, ਮਨ ਪਤਾ ਹੀ ਕਿੱਥੇ ਚਲੇ ਗਿਆ, ਵਾਹਿਗੁਰੂ ਹੀ ਹਿਰਦੇ ਅੰਦਰ ਆ ਵਸਿਆ ਹੈ। ਮਨ ਮੰਨੇ ਲੋਕ ਰਾਤੀ ਜਮ, ਕਹਿੰਦੇ ਇੱਕ ਹੋਰ ਸਮੱਸਿਆ ਖੜੀ ਹੋ ਗਈ। ਮੇਰਾ ਮਨ ਮੰਨ ਗਿਆ, ਮੇਰੇ ਅੰਦਰੋਂ ਹੰਕਾਰ ਦੂਰ ਹੋ ਗਿਆ, ਅਤੇ ਹੁਣ ਜਦੋਂ ਮੈਂ ਸੱਚੀ ਗੱਲ ਕਹਿੰਦਾ ਲੋਕ ਨਹੀਂ ਸੁਣਦੇ, ਲੋਕ ਤੀਜਦੇ ਨਹੀਂ, ਲੋਕ ਧੀਰਜ ਨਹੀਂ ਕਰਦੇ, ਉਹ ਕਹਿੰਦੇ ਕਬੀਰ ਕਮਲਾ ਹੋਇਆ ਹੋਇਆ। ਕਬੀਰ ਨੂੰ ਪਤਾ ਨਹੀਂ ਕੀ ਹੋ ਗਿਆ, ਦੁਨੀਆਂ 'ਚ ਰਲਦਾ ਹੀ ਨਹੀਂ, ਇਹ ਪੁੱਠੇ ਕੰਮ ਕਰਨ ਲੱਗਿਆ ਹੋਇਆ ਹੈ। ਸੋ ਮਨ ਮੰਨੇ, ਮਨ ਮੰਨ ਗਿਆ, ਰੱਬ ਦੇ ਭਰੋਸਾ ਆ ਗਿਆ, ਹਿਰਦੇ ਅੰਦਰ ਵਸ ਗਿਆ ਲੋਕ ਰਾਤੀ, ਜੇ ਲੋਕ ਨਹੀਂ ਸੁਣਦੇ। ਸੋ ਇਹ ਗੱਲ ਇਹ ਦਰਸਾਈ ਹੈ ਕਿ ਨਾਮ ਜਪਣ ਵਾਲਾ ਉਹਦੀ ਅਵਸਥਾ ਇੰਨੀ ਬਦਲ ਜਾਂਦੀ ਹੈ ਸੱਚ ਬੋਲਣ ਕਰਕੇ ਕਿ ਦੁਨੀਆਂ ਨੂੰ ਉਹਦੇ ਕੰਮ ਚੰਗੇ ਨਹੀਂ ਲੱਗਦੇ। ਦੁਨੀਆਂ ਕਹਿੰਦੀ ਅਸੀਂ ਆਰਾਮ ਨਾਲ ਰੋਟੀ ਖਾਂਦੇ ਹਾਂ, ਇਹ ਸਾਨੂੰ ਪੁੱਠੇ ਪਾਸੇ ਪਾਉਂਦਾ, ਝਗੜੇ ਗਾਲ ਪਾਉਂਦਾ ਸਾਡੇ, ਨਿਤ ਨਵਾਂ ਇਹ ਕਲੇਸ਼ ਫੇਰਦਾ ਹੈ। ਐਸੀ ਅਵਸਥਾ ਨਾਮ ਜਪਣ ਵਾਲੇ ਦੀ ਹੋ ਜਾਂਦੀ ਹੈ। ਨਾ ਭਤੀਜਾ ਤਾਂ ਉਹ ਕਹਿ ਭਤੀਜਾ, ਭਗਤ ਕਬੀਰ ਜੀ ਕਹਿੰਦੇ ਨੇ ਜੇ ਲੋਕ ਨਹੀਂ ਭਤੀਜਦੇ ਮੈਂ ਲੋਕਾਂ ਤੋਂ ਕੀ ਲੈਣਾ। ਲੋਕਾਂ ਨੂੰ ਖੁਸ਼ ਤਾਂ ਕੋਈ ਵੀ ਨਹੀਂ ਕਰ ਸਕਿਆ। ਸੋ ਜੇ ਨਹੀਂ ਭਤੀਜਦੇ ਤਾਂ ਉਹਨਾਂ ਦੀ ਮਰਜ਼ੀ, ਮੈਂ ਆਪਣੇ ਰੰਗ ਦੇ ਵਿੱਚ ਸਦਾ ਮਸਤ ਰਹਾਂ। ਸੋ ਇਹ ਭਗਤ ਕਬੀਰ ਜੀ ਨੇ ਮਿਹਰਾਂ ਕੀਤੀਆਂ ਹਨ। ਅੱਜ ਆਪਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਦਾ ਗੁਰਪੁਰਬ ਮਨਾ ਰਹੇ ਹਾਂ। ਸਤਿਗੁਰੂ ਤੀਜੇ ਗੁਰੂ ਦੇ ਕੋਲ ਇੱਕ ਪੰਡਿਤ ਆਇਆ ਸੀ, ਜਦੋਂ ਮਹਾਰਾਜ 68 ਤੀਰਥਾਂ ਦੀ ਯਾਤਰਾ ਅਤੇ ਗੰਗਾ ਜੀ ਦੀ ਯਾਤਰਾ 'ਤੇ ਜਾਂਦੇ ਸਨ, ਤਾਂ ਰਸਤੇ ਦੇ ਵਿੱਚ ਪੰਡਿਤ ਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਪਦਮ ਦੇਖ ਲਏ। ਅਤੇ ਪਦਮ ਦੇਖ ਕੇ ਉਹ ਕਹਿਣ ਲੱਗਾ ਵੀ ਮਹਾਰਾਜ ਆਪ ਜਾਂ ਤਾਂ ਕੋਈ ਛਤਰਪਤੀ ਬਾਦਸ਼ਾਹ ਹੋ ਜਾਂ ਕੋਈ ਵੱਡੇ ਗੁਰੂ। ਸੋ ਸਤਿਗੁਰੂ ਕਹਿਣ ਲੱਗੇ ਵੀ ਅਜੇ ਤਾਂ ਮੈਂ ਗੁਰੂ ਖਾਤਰ ਤੜਫਦਾ ਫਿਰਦਾ ਹਾਂ, ਇਹ ਨਹੀਂ ਪਤਾ ਵੀ ਕਦੋਂ ਇਹ ਦਾਨ ਪ੍ਰਾਪਤ ਹੋਵੇਗਾ। ਅਤੇ ਪੰਡਿਤ ਕਹਿਣ ਲੱਗਾ ਵੀ ਮਹਾਰਾਜ ਮੇਰੇ ਉੱਤੇ ਕਿਰਪਾ ਕਰਿਓ ਵੀ ਮੈਨੂੰ ਇਹ ਦਾਨ ਦੇ ਦਿਓ, ਮੈਂ ਉਦੋਂ ਤੱਕ ਇਹ ਗੱਲ ਤੋਂ ਮੰਗਦਾ ਨਹੀਂ ਕੁਛ ਜਦੋਂ ਤੱਕ ਤੁਹਾਨੂੰ ਇਹ ਅਹੁਦਾ ਪ੍ਰਾਪਤ ਨਹੀਂ ਹੁੰਦਾ। ਕਹਿੰਦੇ ਤੇਰੇ ਨਾਲ ਬਚਣ ਰਿਹਾ।
ਸੋ ਸਤਿਗੁਰੂ ਜੀ ਨੇ ਵਾਅਦਾ ਕਰ ਲਿਆ। ਪੰਡਿਤ ਸਿਆਣਾ ਸੀ, ਜਦੋਂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੇ ਵਿੱਚ ਤਖ਼ਤ ਉੱਤੇ ਵਿਰਾਜਮਾਨ ਹੋਏ ਤਾਂ ਇਹ ਪੰਡਿਤ ਚਲੇ ਗਿਆ ਕੋਲ, ਜਾ ਕੇ ਤਖ਼ਤ 'ਤੇ ਬੈਠਾ। ਬੜਾ ਹਿਰਦਾ ਖੁਸ਼ ਹੋਇਆ ਪੰਡਿਤ ਦਾ, ਸਤਿਗੁਰੂ ਨੇ ਵੀ ਪਛਾਣ ਲਿਆ ਵੀ ਆ ਗਿਆ ਪੰਡਿਤ, ਅਤੇ ਦੋਵੇਂ ਹੱਥ ਜੋੜ ਲਏ, ਦੋਵੇਂ ਹੱਥ ਜੋੜ ਕੇ ਖੜ੍ਹਾ ਹੋ ਗਿਆ ਅਤੇ ਮਹਾਰਾਜ ਨੇ ਪਛਾਣ ਲਿਆ। ਕਹਿੰਦੇ ਹਾਂ ਪੰਡਿਤ ਜੀ, ਦੱਸ ਕੀ ਚਾਹੁੰਦਾ। ਹੁਣ ਪੰਡਿਤ ਦੁਬਿਧਾ ਦੇ ਵਿੱਚ ਪੈ ਗਿਆ ਬਈ ਏਡਾ ਵੱਡਾ ਤਖ਼ਤ ਦਾ ਬਾਦਸ਼ਾਹ ਇਹ ਗੁਰੂ ਹੈ, ਸਤਿਗੁਰੂ ਹੈ, ਜੇ ਮੈਂ ਇਕੱਲਾ ਧਨ ਮੰਗਿਆ ਇਹਦੇ ਕੋਲੋਂ, ਧਨ ਲੈ ਕੇ ਮੈਂ ਕੀ ਕਰੂੰਗਾ? ਇਹ ਮਰਨ ਤੋਂ ਬਾਅਦ ਦੀਆਂ ਦਾਤਾਂ ਦਿੰਦਾ, ਨਾਮ ਦੀ ਦਾਤ ਦਿੰਦਾ। ਜੇ ਇਕੱਲਾ ਧਨ ਮੰਗ ਲਿਆ, ਧਨ ਮੰਗੇ ਤੇ ਮੈਂ ਪ੍ਰਲੋਕ 'ਚ ਜਾਊਂ ਤੇ ਜਮਾਂ ਦੇ ਧੱਕੇ ਖਾਊਂ, ਕੀ ਫਾਇਦਾ ਹੋਇਆ? ਗੁਰੂ ਕੋਲ ਜਾ ਕੇ ਵੀ ਖਾਲੀ ਮੁੜਿਆ। ਜੇ ਮੈਂ ਇਕੱਲਾ ਨਾਮ ਮੰਗ ਲਿਆ, ਦੁਨੀਆਂ ਦੇ ਵਿੱਚ ਮੈਨੂੰ ਧਨ ਦੀ ਲੋੜ ਹੈ, ਦੁਨੀਆਂ ਦੇ ਲੋਕ ਇੱਜ਼ਤ ਨਹੀਂ ਕਰਦੇ, ਇੱਥੇ ਧੱਕੇ ਖਾਊਂ, ਵੀ ਕੀ ਫਾਇਦਾ? ਫਿਰ ਨਾਮ ਲਿਆ ਹੋਇਆ, ਧਨ ਨਾ ਹੋਇਆ, ਫਿਰ ਕੀ ਫਾਇਦਾ? ਝੁੱਗੀ ਦੇ ਵਿੱਚ ਰਹੂੰ, ਫਿਰ ਵੀ ਸੜਨਾ, ਫਿਰ ਵੀ ਦੁੱਖ ਹੈ। ਸੋ ਇਹ ਪੰਡਿਤ ਇਸ ਦੁਬਿਧਾ ਦੇ ਵਿੱਚ ਬੜਾ ਫਸਿਆ ਹੋਇਆ, ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਖੜ ਗਿਆ। ਭਾਈ ਸੰਤੋਖ ਸਿੰਘ ਜੀ ਨੇ ਇਹਨੇ ਜਿਹੜੇ ਬਚਨ ਬੋਲੇ ਉਸ ਵੇਲੇ, ਉਹ ਸੰਤੋਖ ਸਿੰਘ ਜੀ ਨੇ ਲਿਖੇ ਨੇ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ। ਕਹਿੰਦੇ ਪੰਡਿਤ ਕਹਿੰਦਾ ਨਾਮ ਦੇ ਤਨ ਦੇ ਨਾ ਜਨ ਕਹੋ, ਨਾਮ ਧਨ ਬਿਨਾ ਜਮ, ਧਨ ਬਿਨਾ ਜਨ ਲੋਕ ਨਾ ਸੁਹਾਏ। ਧਨ ਦੇ ਨਾਮ ਦੇ ਨਾ ਜਨ ਕਹੋ, ਨਾਮ ਬਿਨਾ ਜਨ ਜਮਪੁਰ ਜਾਏ। ਗੁਰੂ ਅਮਰਦਾਸ ਤੇਜੋ ਕੇ ਨੰਦਨ, ਜਿਉਂ ਭਾਵੈ ਤਿਉਂ ਬਣਤ ਬਣਾਏ। ਜੇ ਹੇ ਗੁਰੂ ਰਾਮਦਾਸ ਮਹਾਰਾਜ, ਤੂੰ ਮੈਨੂੰ ਧਨ ਦੇ ਦਿੱਤਾ, ਨਾਮ ਨਾ ਦਿੱਤਾ, ਤਾਂ ਪ੍ਰਲੋਕ 'ਚ ਧੱਕੇ ਪੈਣਗੇ, ਉੱਥੇ ਕੁੱਟ ਪਊ ਜਮਾਂ ਦੀ। ਜੇ ਮੈਨੂੰ ਨਾਮ ਦੇ ਦਿੱਤਾ, ਧਨ ਨਾ ਦਿੱਤਾ, ਤਾਂ ਇੱਥੇ ਦੁਨੀਆਂ ਪੁੱਛਦੀ ਨਹੀਂ, ਰੋਟੀ ਵੀ ਨਹੀਂ ਮੈਨੂੰ ਮਿਲਦੀ ਹੈ। ਹੇ ਗੁਰੂ ਅਮਰਦਾਸ, ਤੇਰੇ ਚਰਨਾਂ ਵਿੱਚ ਹੀ ਅਰਦਾਸ ਹੈ, ਤੂੰ ਲੋਕ ਪ੍ਰਲੋਕ ਦੋਏ ਮੇਰੇ ਦੇਖਦਾ ਹੈ, ਦੋਵੇਂ ਦੇਖਦਾ ਹੈ ਮੇਰੇ, ਮੇਰੇ ਉੱਤੇ ਇਹੋ ਜਿਹੀ ਕਿਰਪਾ ਕਰ ਵੀ ਜਿਵੇਂ ਤੇਰੀ ਬਣਤ ਬਣਦੀ ਹੈ ਨਾ, ਮੇਰਾ ਲੋਕ ਵੀ ਸੁਖੀ ਕਰ ਦੇ, ਪ੍ਰਲੋਕ ਵੀ ਸੁਖੀ ਕਰ ਦੇ, ਇਹ ਦੋਵੇਂ ਦਾਤਾਂ ਮੈਨੂੰ ਦੇ ਦੇ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿੰਦੇ ਪੰਡਿਤ ਜੀ ਦੋਵੇਂ ਦਾਤਾਂ ਲੈ ਲਈਆਂ ਤੈਂ, ਬੜੀ ਸਿਆਣਪ ਦੇਖੀ, ਬੜਾ ਚੁਸਤ ਦੇਖਿਆ। ਮਹਾਰਾਜ ਕਹਿੰਦੇ ਤੁਹਾਡੇ ਅੱਗੇ ਚੁਸਤੀ ਨਹੀਂ ਚੱਲਦੀ, ਵੀ ਤੁਸੀਂ ਕਿਰਪਾ ਕਰ ਦਿਓ। ਮਹਾਰਾਜ ਕਹਿੰਦੇ ਲੋਕ ਵੀ ਤੇਰਾ ਨਿਹਾਲ, ਲੋਕ ਵੱਲੋਂ ਵੀ ਪ੍ਰਲੋਕ ਵੱਲੋਂ ਵੀ ਨਿਹਾਲ, ਦੋਹਾਂ ਪਾਸਿਆਂ ਤੋਂ ਪੰਡਿਤ ਨੂੰ ਨਿਹਾਲ ਕਰ ਦਿੱਤਾ। ਸੋ ਇਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ, ਗੁਰੂ ਅਮਰਦਾਸ ਮਹਾਰਾਜ ਮੇਰਾ ਕਰਨ, ਉਹਨਾਂ ਦੇ ਪ੍ਰਕਾਸ਼ 'ਤੇ ਆਪਾਂ ਇਕੱਠੇ ਹੋਏ ਹਾਂ। ਸਾਰੇ ਹੱਥ ਜੋੜ ਕੇ ਗੁਰੂ ਚਰਨਾਂ 'ਚ ਅਰਦਾਸ ਕਰੀਏ, ਹੇ ਅਨੰਦ ਸਾਹਿਬ ਦੀ ਰਚਨਾ ਹਾਰੇ ਮੇਰਾ ਕਰਨੀ ਹੈ, ਸਾਨੂੰ ਅਨੰਦ ਸਾਹਿਬ ਦੇ ਸਾਰੇ ਗੁਣਾਂ ਦਾ ਦਾਨ ਦੇ, ਜੋਤ ਅਤੇ ਜੁਗਤ ਜੋ ਅਨੰਦ ਸਾਹਿਬ ਵਿੱਚ ਆਪ ਜੀ ਨੇ ਕਿਰਪਾ ਕੀਤੀ ਹੈ, ਉਹ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਹੇ ਗੁਰੂ ਅਮਰਦਾਸ ਮਹਾਰਾਜ, ਆਪਨੇ ਵੱਡੀ ਉਮਰ ਤੱਕ ਗੁਰਿਆਈ ਕੀਤੀ, ਵੱਡੀ ਉਮਰ ਨਿਭਾਈ, ਆਪਨੇ ਇਹ ਦਾਨ ਦਿੱਤਾ ਕਿ ਗੁਰਮੁਖ ਬੁੱਢੇ ਕਦੇ ਨਾਹੀਂ, ਜਿਹਨਾਂ ਅੰਤਰ ਸੁਰਤ ਗਿਆ। ਤੂੰ ਬੁੱਢਿਆਂ ਨੂੰ ਵੀ ਨਾਮ ਜਪਣ ਦਾ ਬਲ ਬਖਸ਼ਿਆ, ਬੁੱਢਿਆਂ ਦੇ ਅੰਦਰ ਵੀ ਸੋਚ ਭਰ ਦਿੱਤੀ, ਬਲ ਭਰ ਦਿੱਤਾ ਕਿ ਹਾਰਿਓ ਨਾ, ਥੱਕਿਓ ਨਾ। ਜਿਸ ਨੇ ਬੁਢਾਪੇ ਦੀ ਉਮਰ ਦੇ ਵਿੱਚ ਵੀ ਗੁਰੂ ਚਰਨਾਂ ਦਾ ਆਸਰਾ ਲਿਆ, ਉਹਦੇ ਖਾਤਰ ਵੀ ਨਾਮ ਜਪਣ ਦੀ ਕਿਰਨ, ਉਹਦੇ ਅੰਦਰ ਵੀ ਆਸ ਹੈ, ਆਸਰਾ ਹੈ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਨ ਹੈ, ਆਪਾਂ ਅਰਦਾਸ ਕਰੀਏ ਭਗਤ ਕਬੀਰ ਜੀ ਦੀ ਰਚਨਾ ਰਾਹੀਂ ਨਾਮ ਜਪਣ ਦਾ ਬਲ ਬਖਸ਼ਿਸ਼ ਕੀਤਾ ਗੁਰੂ ਸਾਹਿਬ ਜੀ ਨੇ, ਸਾਡੇ ਹਿਰਦੇ ਅੰਦਰ ਇਹ ਉਪਦੇਸ਼ ਵਸਣ, ਗੁਰੂ ਉਪਦੇਸ਼ ਸਾਡੇ ਹਿਰਦੇ ਅੰਦਰ ਵਸੇ, ਅਤੇ ਗੁਰੂ ਪਾਤਸ਼ਾਹ ਇਸ ਉਪਦੇਸ਼ ਨੂੰ ਕਮਾਉਣ ਲਈ ਬਲ ਬੁੱਧ ਬਖਸ਼ਣ, ਦਰ ਆਇਆਂ ਦੀਆਂ ਸਾਰਿਆਂ ਦੀਆਂ ਹਾਜ਼ਰੀਆਂ ਸਤਿਗੁਰੂ ਪ੍ਰਵਾਨ ਕਰਨ, ਭੁੱਲਾਂ ਗਲਤੀਆਂ ਖਿਮਾ ਕਰ ਦੇਣੀਆਂ ਜੀ। ਆਓ ਪਤੇ ਬੁਲਾ ਕੇ ਗੁਰੂਦੇਵ ਦੇ ਚਰਨਾਂ ਦਾ ਆਸਰਾ ਮੰਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਮੁਨੀ ਸੈਭੰ ਰੂਪ ਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ।